ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਿੰਡ ਨਿਰੰਗਪੁਰ ਹੰਸੀ ਤੋਂ ਬੋਲ ਰਹੇ ਹਾਂ ਜੀ। ਅਸੀਂ 17 ਜੁਲਾਈ 2019 ਨੂੰ ਟੂਰਨਾਮੈਂਟ ਕਰਾਇਆ ਜੀ, ਜਿਹਦੇ ਵਿੱਚ ਓਪਨ ਕਲੱਬ ਦੀਆਂ ਟੀਮਾਂ ਆਈਆਂ ਅਤੇ ਸਾਨੂੰ ਆ ਕੁਝ ਗਿਫਟ ਦੇ ਗਈਆਂ ਜੀ। ਆਹ ਦੇਖੋ, ਇਹ ਜੇ ਇੱਕ ਮੋਟਰ ਦਾ ਸਮਾਨ ਆ। ਅਸੀਂ ਤਾਂ ਟੂਰਨਾਮੈਂਟ ਕਰਾਉਂਦੇ ਸੀਗੇ ਵੀ ਨਸ਼ਿਆਂ ਤੋਂ ਦੂਰ ਰਹਿਣਗੇ, ਪਰ ਇਹ ਤਾਂ ਨਸ਼ਿਆਂ 'ਤੇ ਲੱਗ ਰਹੇ ਆ ਜੀ। ਅਸੀਂ ਅੱਜ ਤੋਂ ਬਾਅਦ ਟੂਰਨਾਮੈਂਟ ਹੀ ਬੰਦ ਕਰਾਉਣ ਜਾ ਰਹੇ ਹਾਂ। ਅੱਜ ਤੋਂ ਬਾਅਦ ਕਦੇ ਟੂਰਨਾਮੈਂਟ ਨਹੀਂ ਕਰਾਵਾਂਗੇ ਜੀ। ਅਸੀਂ ਇਹ ਖਿਡਾਰੀਆਂ ਨੇ ਸਾਨੂੰ ਸਬਕ ਦੇਤਾ ਜੀ, ਕਦੇ ਵੀ ਅਸੀਂ ਟੂਰਨਾਮੈਂਟ ਨਹੀਂ ਕਰਾਵਾਂਗੇ। ਬੇਨਤੀ ਆ ਵੀ ਹੋਰ ਵੀ ਟੂਰਨਾਮੈਂਟ ਕਰਾਉਂਦੇ ਆ, ਇਹਨਾਂ ਚੀਜ਼ਾਂ 'ਤੇ ਗੌਰ ਜ਼ਰੂਰ ਕਰਨ ਵੀ ਆਹ ਚੀਜ਼ਾਂ ਭਲਾ ਟੂਰਨਾਮੈਂਟ ਕਰਾਉਣ ਵਾਲੀਆਂ ਵਾ। ਜੇ ਇਹਨਾਂ ਚੀਜ਼ਾਂ ਦੇ ਨਾਲ ਟੂਰਨਾਮੈਂਟ ਹੋਣੇ ਆ ਤਾਂ ਖਿਡਾਰੀ ਤਾਂ ਆਟੋਮੈਟਿਕ ਮਰਨੇ ਹੀ ਮਰਨੇ ਆ ਜੀ। ਬੇਨਤੀ ਆ ਕਿ ਇਹਨਾਂ ਚੀਜ਼ਾਂ ਨੂੰ ਗੌਰ ਕਰਨ, ਟੂਰਨਾਮੈਂਟ ਕਰਾਉਣ ਵਾਲੇ ਵੀ, NRI ਵੀਰ ਵੀ ਅਤੇ ਟੂਰਨਾਮੈਂਟ ਕੋਚ ਵੀ, ਜਿਹੜੇ ਖਿਡਾਰੀਆਂ ਦੇ ਕੋਚ ਵਾ, ਉਹ ਵੀ ਜ਼ਰਾ ਇਸ ਚੀਜ਼ ਨੂੰ ਨੋਟ ਕਰਨ ਜ਼ਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।